ਹੁਸੈਨ ਜਾਤੋਂ ਉਹੀ ਬੁਲੰਦ ਹੁੰਦਾ ਹੈ ਜਿਹੜਾ ਹੁਸੈਨ ਤੋਂ ਖੈਰਾਤ ਵਾਸਤੇ ਆਉਂਦਾ ਹੈ। ਬਿਸਮਿਲਲਾਹ ਸੁਭਾਨ ਮਜਮਾ ਕਾਫੀ ਹੈ, ਨਾਰੇ ਦੀ ਆਵਾਜ਼ ਥੋੜ੍ਹੀ ਹੈ, ਉੱਚਾ ਬੋਲੋ ਹੈਦਰੀ। ਚਾਰ ਸਤਰਾਂ ਤੋਂ ਇਬਤਦਾ ਲੰਬਾ ਪੜ ਗਈਆਂ, ਜੋ ਹੁਕਮ ਹੈ ਉਹ ਮੈਂ ਜਲਦੀ ਨਾਲ ਪੂਰਾ ਕਰੇ ਸਾਂ। ਦਰੇ ਸ਼ਬੀਰ ਕੀ ਮਿੱਟੀ ਜੋ ਸਰ ਕਾ ਤਾਜ ਹੋ ਜਾਏ, ਦਰੇ ਸ਼ਬੀਰ ਕੀ ਮਿੱਟੀ ਜੋ ਸਰ ਕਾ ਤਾਜ ਹੋ ਜਾਏ, ਵੱਧ ਕਿਆ ਸੁਣੋ, ਦਰੇ ਸ਼ਬੀਰ ਕੀ ਮਿੱਟੀ ਜੋ ਸਰ ਕਾ ਤਾਜ ਹੋ ਜਾਏ, ਜ਼ਮੀਨ ਪੇ ਬੈਠੇ ਬੈਠੇ ਹੀ ਮੁਝੇ ਮਹਿਰਾਜ ਹੋ ਜਾਏ। ਮੈਂ ਦੇਖ ਸਾਂ ਹੁਸੈਨ ਦਾ ਆਦਮੀ ਬੈਠਾ ਹੋਵੇ ਤੇ ਹੱਥ ਬੁਲੰਦ ਨਾ ਹੋ ਸਕੇ, ਹੱਥ ਉੱਚੇ ਹਾਏ ਦਰੀ। ਦਰੇ ਸ਼ਬੀਰ ਕੀ ਮਿੱਟੀ ਜੋ ਸਰ ਕਾ ਤਾਜ ਹੋ ਜਾਏ, ਜ਼ਮੀਨ ਪੇ ਬੈਠੇ ਬੈਠੇ ਹੀ ਮੁਝੇ ਮਹਿਰਾਜ ਹੋ ਜਾਏ। ਕਿਬਲਾ ਗਰ ਖੈਰਾਤ ਦੇਣਾ ਬੰਦ ਕਰ ਦੇ ਯੇ ਕਰਬਲਾ ਵਾਲੇ, ਯੇ ਦੁਨੀਆ ਦਾਨੇ ਦਾਨੇ ਕੇ ਲੀਏ ਮੁਹਤਾਜ ਹੋ ਜਾਏ। ਜ਼ਮੀਨ ਪੇ ਬੈਠੇ ਬੈਠੇ ਹੀ ਮੁਝੇ ਮਹਿਰਾਜ ਹੋ ਜਾਏ। ਗਰ ਖੈਰਾਤ ਦੇਣਾ ਬੰਦ ਕਰ ਦੇ ਯੇ ਕਰਬਲਾ ਵਾਲੇ, ਯੇ ਦੁਨੀਆ ਦਾਨੇ ਦਾਨੇ ਕੇ ਲੀਏ ਮੁਹਤਾਜ ਹੋ ਜਾਏ। ਸਲਾਮਤ ਰਹੋ ਜਿਹੜੇ ਆਦਮੀ ਅਸਾਂ ਤਬਰਾ ਕਰਦੇ ਹਾਂ, ਮਿਸਲੇ ਅਸੀਂ ਦੀ ਕੀ ਹਿਫਾਜ਼ਤ ਕਰੇਗਾ ਕੌਣ, ਤੀਰੋਂ ਕੀ ਛਾਓ ਮੈਂ ਵੀ ਇਬਾਦਤ ਕਰੇਗਾ ਕੌਣ। ਉਹ ਹਮ ਵੀ ਅਗਰ ਜ਼ਮਾਨੇ ਮੇਂ ਤਬਰਾ ਕੋ ਛੋੜ ਦੇ, ਫਿਰ ਨਸਲ ਪਰ ਯਜ਼ੀਦ ਕੀ ਲਾਨਤ ਕਰੇਗਾ। ਸਲਾਮਤ ਰਹੋ ਇਮਾਮ ਹੁਸੈਨ ਬਾਦਸ਼ਾਹ, ਤੁਹਾਡਾ ਦੁਆ ਕਬੂਲ ਫਰਮਾਵੇ। ਇੱਕ ਸਲਵਾਤ ਪੜੋ ਬਾਬਾ, ਨਾਮਨ ਵਕਤ ਚ ਗੁੰਜਾਇਸ਼ ਹੈ। أعوذ بالله من الشيطان الرجيم بسم الله الرحمن ਸੁਣਾ ਦੇ
ਯਕੀਨ ਅੱਜ ਮੁਕਾਣੀ ਬਣ ਕੇ ਆਇਓ ਕਰਬਲ ਤੋਂ ਗਿਣ ਕੇ ਸ਼ਾਮ ਤਾਈਂ ਰੀਆ ਫੁੱਫੀਆਂ ਨਾਲ ਸਜਾ ਦੇ ਰੀਆ ਚਾਦਰਾਂ ਮੰਗਦਾ ਉਮਤੀਆਂ ਤੋਂ ਹਰ ਮੋੜ ਰਿਆ ਸਜਾ ਦੇ ਜਿਹੜਾ ਮਾਤਮੀ ਹੈ ਪਹਿਲੀ ਗੱਲ ਉਹਦੇ ਨਾਲ ਹੈ ਰੀਆ ਚਾਦਰਾਂ ਮੰਗਦਾ ਉਮਤੀਆਂ ਤੋਂ ਹਰ ਮੋੜ ਤਿਹਾ ਸਜਾ ਦੇ ਕੀਤੀ ਦਫ਼ਨ ਸਕੀਨਾ ਸ਼ਾਮ ਦੇ ਵਿੱਚ ਇੱਕ ਚੋਲੇ ਨਾਲ ਸਜਾ ਦੇ ਤਰੇ ਮਾਮਲ ਵਤਨ ਤੇ ਗਿਣ ਆਇਆ ਰਤ ਰੋਂਦਾ ਸੈਯਦ ਸਜਾ ਦੇ ਅੱਲਾ ਕਿਸੇ ਗਮ ਵਿੱਚ ਨਾ ਰੋਵੇ ਅੱਜ ਦੇ ਦਿਨ ਵੀ ਅਜ਼ਾਦਾ ਕੀਤੀ ਦਫ਼ਨ ਸਕੀਨਾ ਸ਼ਾਮ ਦੇ ਵਿੱਚ ਇੱਕ ਚੋਲੇ ਨਾਲ ਸਜਾ ਦੇ ਤਰੇ ਮਾਮਲ ਵਤਨ ਤੇ ਗਿਣ ਆਇਆ ਰਤ ਰੋਂਦਾ ਸੈਯਦ ਸਜਾ ਦੇ ਮੈਂ ਵੇਖ ਰਿਹਾ ਹਰ ਅੱਖ ਦਾ ਵਜ਼ੂ ਹੋ ਗਿਆ ਹੈ ਕੋਈ ਇਮਾਮ ਦੀ ਸ਼ਹਾਦਤ ਪੜ੍ਹੇ ਤਾਂ ਅਸੀਂ ਰੋਵੀਏ ਤੁਹਾਨੂੰ ਮੈਂ ਦੱਸਦਾ ਇਮਾਮ ਸਜਾਦ ਕਦਾਂ ਰੋਂਦੇ ਅੱਜ ਪੰਜੀ ਮੁਹਰਮ ਹੈ ਖੁਦਾ ਲਾਨਤ ਕਰੇ ਵਲੀ ਬਿਨ ਅਬਦੁਲ ਮਲਕ ਮਲੂਮ ਤੇ ਇਸ ਇਮਾਮ ਨੂੰ ਜ਼ਹਰ ਤੇ ਬਾਈ ਦੋ ਜੁਮਲੇ ਸਜਾਦ ਮੌਲਾ ਦੀ ਗੁਰਬਤ ਤੇ ਜਿਗਰ ਦੇ ਟੁਕੜੇ ਕਪੀ ਕਪੀ ਕੇ ਬਾਹਰ ਆ ਰਹੇ ਤੇਰੀ ਅੱਜ ਬੇਸਾਫਤਾ ਹੈ ਨਿਕਲ ਸੀ ਕਰਬਲਾ ਦੇ ਵਿੱਚ ਦਸ ਮੁਹਰਮ ਦਾ ਦਿਨ ਆਈ ਜਿਹੜਾ ਹੁਸੈਨ ਦੀਆਂ ਰੱਗਾਂ ਵਿੱਚੋਂ ਰਤ ਜਾਰੀ ਆਈ ਤਾਂ ਇੱਕ ਦੇਰ ਦੀ ਪਈ ਆਈ ਜਿਹੜਾ ਇਮਾਮ ਸਜਾਦ ਦੇ ਮੂੰਹ ਚੋਂ ਰਤ ਵਾਂਦੀ ਪਈ ਆਈ ਤਾਂ ਚਾਰ ਵਹਿਦੀਆਂ ਪਈਆਂ ਇੰਤਜ਼ਾਰ ਆਉਂਦੇ ਤੁਸਾਂ ਸਰਦਾਰਾਂ ਕੋਈ ਉਲਮਾ ਪੜ੍ਹੇ ਕੋਈ ਜ਼ਾਕਿਰ ਪੜ੍ਹੇ ਤਾਂ ਅਸਾਂ ਰੂਹੀਏ ਆਓ ਮੈਂ ਤੁਹਾਨੂੰ ਦੱਸਦਾ ਸੈਯਦੋ ਸਾਜਦੀਨ ਰੂਹ ਕਦਾਂ ਰੋਂਦੇ ਕਿਸੇ ਜਵਾਨ ਦੀ ਮਸਲਾ ਦੀ ਵੇਖਾ ਨਾ ਤਾਂ ਸੈਯਦ ਰੋਵੇ ਉਹ ਜਿਹਨਾਂ ਦੀ ਹੈ ਨਿਕਲੀਏ ਕਿਸੇ ਗਮ ਵਿੱਚ ਨਾ ਰੋਵੇ ਸੈਯਦ ਫਰਮਾਵੇ ਆ ਨੇੜੇ ਆ ਆਖਿਆ ਮੈਨੂੰ ਦਾੜੀ ਚੁਮਾ ਡਾੜੀ ਚੁੰਮਿਆ ਤਾਂ ਮਤ ਕਰਬਲਾ ਦੇ ਪਾਸੇ ਮੂੰਹ ਕਰਕੇ ਆਖਿਆ ਅਕਬਰ ਲੱਥੀ ਤਾਂ ਤੇਰੀ ਵੀ ਸੋਹਣੀ ਆਈ ਕਰ ਮਾਤਮ ਯਾਰ ਅੱਜ ਮਾਤਮ ਨਾ ਕਰੇ ਸੀ ਕਦਾਂ ਕਰੇ ਸੀ ਲਿਹਾਜ਼ਾ ਮੇਰੇ ਮੌਲਾ ਦੇ ਜਿਹੜੇ ਇਤਰਾਫ਼ ਚ ਸਹਾਫ਼ੀਆਂ ਉਹ ਕੋਈ ਐਸਾ ਮੰਜ਼ਰ ਨਾ ਹਨ ਬਣਨ ਦਿੰਦੇ ਇਮਾਮ ਦੀ ਰਤ ਵਤ ਪਾਉਂਦੀ ਹੈ ਜਦੋਂ ਵੀ ਇਮਾਮ ਸਜਾਦ ਰੋਵੇ ਨਾ ਤਾਂ ਇਮਾਮ ਦੀਆਂ ਅੱਖਾਂ ਚੋਂ ਪਾਣੀ ਨਹੀਂ ਖੂਨ ਜਾਰੀ ਹੋਵੇ ਦੂਜੀ ਗੱਲ ਅੱਜ ਜੁਮੇ ਦਾ ਡੀਂ ਹੈ ਕਰਬਲਾ ਵੀ ਦਸ ਮੁਹਰਮ ਜੁਮੇ ਦਾ ਡੀਂ ਆਈ ਸੁਣਿਆ ਏ ਬਜ਼ੁਰਗਾਂ ਤੋਂ ਦਾਣਾ ਸਟੋਆ ਭੁਜ ਵੈਂਦਾ ਹੈਵਾਨ ਗੋਡੀ ਲਾਵਿਆ ਤੇ ਗੋਸ਼ਤ ਸੜਦਾ ਅਜ਼ਾਦਾਰੋ ਸੈਯਦੋ ਸਾਜਦੀਨ ਕਿਸੇ ਦੇ ਹੱਥ ਚ ਛੇ ਮਾਂ ਦਾ ਬੱਚਾ ਵੇਖਣਾ ਤਾਂ ਰੋਵੇ ਨਾ ਲੋਕ ਪੁੱਛਣਾ ਮੌਲਾ ਕਿਉਂ ਪੈ ਰੋਂਦੇ ਹੋ ਮੇਰੇ ਮੌਲਾ ਕਰਬਲਾ ਦੇ ਪਾਸੇ ਮੂੰਹ ਕਰਕੇ ਫਰਮਾਵੇ ਨਾ ਲੋਗੋ ਕਰਬਲਾ ਦੇ ਵਿੱਚ ਮੁਸਲਮਾਨਾਂ ਸਾਡੇ ਦੁੱਧ ਪੀਂਦੇ ਵੀ ਮਾਰਿਆ ਹਰ ਕੋਈ ਆਦਾ ਜਲਦੀ ਮਾਰੋ ਅਸੀਂ ਜੁਮੇ ਦੀ ਨਮਾਜ਼ ਹਰ ਮਜ਼ਹਬ ਦਾ ਕਾਨੂੰਨ ਹੁੰਦੇ ਜਿਹਦੇ ਜੁਰਮ ਦੀ ਵੇਖ ਸਜ਼ਾ ਹੈ ਪਰ ਮੁਸਲਮਾਨਾਂ ਵਿੱਚ ਕਰਬਲ ਦੇ ਕਾਨੂੰਨ ਦੇ ਬਦਲਾ ਹੈ ਕੀਤਾ ਕਤਲ ਮਾਸੂਮ ਕੋ ਤ੍ਰੈ ਵਾਰੀ ਇਹਦੀ ਮਾਂ ਤੇ ਬੇਨ ਗਵਾਹ ਹੈ ਪਹਿਲੇ ਤੀਰ ਮਾਰਾ ਹੁਣ ਕਬਰ ਪੱਟੀ ਕੀਤਾ ਖੰਜਰ ਦੇ ਨਾਲ ਜ਼ਬਾਹ ਤੁਸਾਂ ਕਿਸੇ ਗਮ ਵਿੱਚ ਨਾ ਰਹੋ ਅਲੀ ਦੀਆਂ ਧੀਆਂ ਤੁਹਾਡੇ ਉੱਤੇ ਰਾਜ਼ੀ ਹੋਣ ਜਿਹੜੇ ਮੁਕਾਣੀ ਬਣ ਕੇ ਆਇਓ ਸਲਾਮ ਏ ਕਰਬਲਾ ਦੀਆਂ ਮਾਵਾਂ ਨੂੰ ਇੱਕ ਪਲ ਵਿੱਚ ਹੁਸੈਨ ਦੇ ਵਸਤੇ ਚਮਨ ਤੇ ਲੋਟੀ ਹੋਈ ਇੱਕ ਛਿਆ ਮਹੀਨਾ ਦਾ ਹੁਸੈਨ ਦਾ ਅਸਗਰ ਦੁਆ ਪਿਆ ਮੰਗਦਾ ਜਿਹੜੇ ਬੇ ਔਲਾਦ ਮਾਲਕ ਉਹਨਾਂ ਨੂੰ ਔਲਾਦ ਨਰੀਨਾ ਹਯਾਤੀ ਅਦਾਬ ਤੇ ਸਦਾ ਕਚੜੀ ਅਦਾ ਫਰਮਾਉ ਮੇਰੇ ਇਸ ਦੀ ਨੌਕਰੀ ਹੋ ਗਈ ਬਸ ਦੋ ਵਹਿਣ ਕਰੇ ਸਨ ਇਨਸ਼ਾਅੱਲਾ ਤੇਰੀ ਬੇਸਾਫਤਾ ਹੈ ਨਿਕਲ ਸੀ ਇਸੇ ਸ਼ਹਿਜ਼ਾਦੇ ਨੂੰ ਹੁਸੈਨ ਆਪਣੇ ਹੱਥਾਂ ਤੇ ਜਾ ਕੇ ਸ਼ਬੀਰ ਦੁਰੀਆ ਮੈਦਾਨ ਵੱਲ ਪਾਸ ਸ਼ਬੀਰ ਫਰਮਾਇਆ ਲੋਗੋ ਇਹ ਤਸੇ ਇਹ ਪਾਣੀ ਮੰਗਦੇ ਤੇਰੀ ਹਾਏ ਤਾਂ ਨਿਕਲੇ ਰੋਣ ਆਵੀ ਨਾ ਆਵੀ ਹਾਏ ਜ਼ਰੂਰ ਲੋਗੋ ਇਹ ਤਸੇ ਇਹ ਪਾਣੀ ਮੰਗਦੇ
ਇਹ ਵੇਖ ਕੇ ਆ ਤੇ ਪਿਆ ਸਾਫ ਨੂੰ ਲੱਗੀ ਇੰਨਾ ਬੱਚੇ ਦਾ ਕਰ ਲੈਂਦਾ ਹੈ ਉਹ ਜਿਹੜਾ ਮੁਕਾਣੀ ਬਣ ਗਿਆ ਹੈ। ਪਿਆ ਸਾਫ ਨੂੰ ਲੱਗੀ ਇੰਨਾ ਬੱਚੇ ਦਾ ਕਰ ਲੈਂਦਾ ਹੈ। ਅਜ਼ਾਦਾਰੋ ਸ਼ਬੀਰ ਨੇ ਝੁੱਕ ਕੇ ਪੁੱਤਰ ਦੀ ਪੇਸ਼ਾਨੀ ਚੁੰਮੀ ਤੇ ਫਰਮਾਇਆ ਅਸਗਰ ਮੰਗ ਪਾਣੀ ਮੈਂ ਸਦਕੇ ਥੀ ਪਵਾਂ। ਅਸਗਰ ਦੇ ਲੱਭਾਂ ਲਿਆ ਵੇਖਿਆ ਦੇ ਬਾਬਾ ਦਿਲ ਤਾਂ ਨਹੀਂ ਆਖਦਾ ਜੋ ਅਕਬਰ ਦੇ ਕਾਤਲਾਂ ਤੋਂ ਪਾਣੀ ਮੰਗਾ। ਹਾਏ ਦੀ ਸਦਾ ਬੁਲੰਦ ਹੋਵੇ ਇਨਸ਼ਾਅੱਲਾ ਤੂੰ ਕਿਸੇ ਕੰਮ ਵਿੱਚ ਨਾ ਰੋਵੇਂ ਅਲੀ ਦੀਆਂ ਧੀਆਂ ਤੁਹਾਡੇ ਉੱਤੇ ਰਾਜ਼ੀ ਹੋਵੇ। ਹੁਸੈਨ ਫਰਮਾਇਆ ਅਸਗਰ ਅੱਜ ਮੰਗਣਾ ਪੋਸੀ ਅੱਜ ਮੇਰੀ ਗੁਰਬਤ ਦੀ ਗਵਾਹੀ ਹੈ। ਅਜ਼ਾਦਾਰੋ ਸੁਣ ਸੋ ਅਸਗਰ ਦੇ ਲੱਭਲੇ ਨੇ ਵੇਖਿਆ ਦੇ ਬਾਬਾ ਅਗਰ ਜ਼ਰੂਰੀ ਮੰਗਣਾ ਹੈ ਤਾਂ ਅੱਜ ਮੈਨੂੰ ਹੱਥਾਂ ਤੇ ਇਵੇਂ ਬੁਲੰਦ ਕਰ ਮੈਂ ਅੱਜ ਨਾਨੇ ਦੀ ਉਮਰ ਤੋਂ ਇੰਜ ਪਾਣੀ ਮੰਗਣਾ ਜਿਵੇਂ ਮੇਰੀ ਡਾਡੀ ਜ਼ਾਰਾ ਹੱਕ ਮੰਗਣ ਗਈ ਹੈ। ਬਿਸਮਿਲਾ ਬਿਸਮਿਲਾ ਇਹ ਦੇਰ ਲੱਗਦੀ ਹੈ ਇਹ ਦੇਰ ਲੱਗਦੀ ਹੈ ਬਿਸਮਿਲਾ ਅਨੋ ਕਰਾਂ ਇਹੋ ਜੁਰਮ ਹੈ ਅਸਗਰ ਦਾ। ਹੱਥਾਂ ਤੇ ਬੁਲੰਦੇ ਅਸਗਰ ਦੇ ਲੱਭਲੇ ਨੇ ਵੇਖਿਆ ਤੇ ਲੋਕੋ ਮਿੱਤਰੇ ਡੀਆਂ ਦਾ ਤੱਸਾਂ ਹਾਂ ਉਹ ਘਰ ਨਹੀਂ ਜੇ ਘਰ ਕੋ ਮੌਤ ਨਾ ਦੁਖਾਇਆ ਹੋਵੇ। ਫਰਮਾਇਆ ਮਿੱਤਰੇ ਡੀਆਂ ਦਾ ਤੱਸਾਂ ਸਾਡੀਆਂ ਖੇਮਿਆਂ ਚ ਪਾਣੀ ਕੋਈ ਨਹੀਂ ਇਹ ਦਰਿਆ ਵਾਂਦੇ ਪੈਣ ਕਿਆ ਹੋਇਆ ਜੇ ਇੱਕ ਘੁੱਟ ਪਾਣੀ ਦਾ ਮਿਲ ਪੋਵੇ। ਹਾਂ ਇਹੋ ਜੁਰਮ ਹੈ ਅਸਗਰ ਦਾ ਵਹਿਣ ਦੇ ਕਰੀਬਾਂ ਹੱਥਾਂ ਤੇ ਬੁਲੰਦ ਇਹੋ ਜੁਰਮ ਹੈ ਅਸਗਰ ਦਾ ਇਹਨੂੰ ਪਾਣੀ ਮੰਗੀ ਅਸੀਂ ਇਹਨੂੰ ਉਮਰ ਇਬਨ ਸਾਦ ਹੁਕਮ ਦਿੱਤੇ ਹੋਰ ਪਲ ਇੱਥੇ ਹੀ ਤੀਰ ਚਲਾ ਮੈਂ ਸਦਕੇ ਥੀ ਪਵਾਂ ਤੇਰੀ ਹੈ ਬੇਸਾਖਤਾ ਨਿਕਲ ਸੀ ਮੈਂ ਬੜੇ ਹੌਸਲੇ ਨਾਲ ਵੀ ਆਪਣਾ ਜਿਹੜੇ ਮੁਕਾਣੀ ਬਣ ਕੇ ਆਇਓ ਅਜ਼ਾਦਾਰ ਇਸ ਤੀਰ ਕਮਾਨ ਚ ਪਾਇਆ ਤੀਰ ਨੂੰ ਛਿਪ ਵੀ ਅਡੈਂਦਾ ਹੈ ਜਾਂ ਇਹੋ ਤੀਰ ਟਰੇ ਵਾਰੀ ਜ਼ਮੀਨ ਤੇ ਡੱਠਾ ਹੈ ਤਾਂ ਵੱਧ ਚਾਇਆ ਵੱਧ ਤੀਰ ਕਮਾਨ ਚ ਪਾਇਆ ਜਾਂ ਛਿਪ ਵੀ ਅਡੈਂਦਾ ਹੈ ਜਾਂ ਹੋਰ ਮਿਲਦੀ ਛਿਪ ਦਿੱਤੀ ਅਸੀਂ ਇਹਨੂੰ ਉਮਰ ਇਬਨ ਸਾਦ ਮਿਲਾਉਣ ਦੀ ਆਵਾਜ਼ ਆਈ ਹੈ ਹੁਣ ਮਿਲ ਤੋਂ ਅਰਬ ਦਾ ਏਡਾ ਵੱਡਾ ਤੀਰ ਅੰਦਾਜ਼ ਹੈ ਤੂੰ 6 ਮਹੀਨੇ ਦੇ ਬੱਚੇ ਨੂੰ ਤੀਰ ਨਹੀਂ ਮਾਰ ਸਕਦਾ ਇਹ ਆਦੇ ਹਰਾਮੀ ਬਕਵਾਸ ਬੰਦ ਕਰ ਜਿਹੜੇ ਵੇਲੇ ਮੈਂ ਤੀਰ ਨੂੰ ਛਿਪ ਦਿੰਦਾ ਕਿਵੇਂ ਵੇਲੇ ਅਸਗਰ ਦੇ ਗਲ ਤੇ ਮੁਹੰਮਦ ਦਾ ਗਲਾ ਕਿਵੇਂ ਵੇਲੇ ਬਤੂਲ ਦਾ ਹੱਥ ਆਵੇਂਦਾ ਹੈ ਮੈਂ ਬਿਸਮਿਲਾ ਬਸ ਬਸ ਮੈਂ ਕਹਿੰਦਾ ਪਈ ਹਾਂ ਮੈਂ ਬਿਸਮਿਲਾ ਕਰਾਂ ਬੀਬੀ ਫਰਮਾਇਆ ਅਸਗਰ ਗਰਦਨ ਚਾ ਤੀਰ ਪਿਆ ਗਈ ਅਜ਼ਾਦਾਰੋ ਇਹਨੂੰ ਤੀਰ ਛੁੱਟੇ ਬੀਬੀ ਰਬਾਬ ਜਲਦੀ ਨਾਲ ਦੌੜੀਏ ਸੰਦੂਕ ਆ ਇੱਕ ਤੀਰ ਕਮਾਨ ਚਾਏ ਬੀਬੀ ਨੂੰ ਉਸੇ ਵੇਲੇ ਪਤਾ ਲੱਗੇ ਜੋ ਮੈਨੂੰ ਬਾਬੇ ਤੀਰ ਕਮਾਨ ਕਿਉਂ ਦਿੱਤਾ ਹੈ ਬੀਬੀ ਰੁਬਾਬ ਇਹ ਤੀਰ ਕਮਾਨ ਚਾ ਕੇ ਖੇਮੇ ਦੇ ਦਰਵਾਜ਼ੇ ਤੇ ਆ ਕੇ ਗੋਲੀ ਟੇਕੀਏ ਬਹਿਣ ਦੇ ਕਰੀਬ ਤੀਰ ਕਮਾਨ ਛੁਪਾ ਕੇ ਛਿਪ ਪਈ ਦਿੰਦੀ ਹੈ ਜਾਂ ਫਿਜ਼ਾ ਮੰਜ਼ਰ ਬੈਠੇ ਫਿਜ਼ਾ ਦੌੜੀਏ ਹਕਲ ਮਾਰ ਕੇ ਆਦੀ ਬਚੜੀ ਜਲਦੀ ਆ ਤੇਰੀ ਭਰ ਜਾਈ ਜੰਗ ਤੇ ਜੋੜ ਆਈ ਆਈ ਵਾਹ 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 ਬਿਸਮਿਲਾ ਬਿਸਮਿਲਾ ਬੜੀ ਰੂਹਾਨੀ ਮੈਂ ਨੌਕਰ ਹਾਂ ਸਿੰਘ ਨੌਕਰ ਮਲਕ ਤੁਹਾਡਾ ਟੁਰਾ ਕਬੂਲ ਫਰਮਾਵੇ ਜ਼ੈਨਬ ਜੀ ਤੇਰੀ ਭਰਜਾਈ ਜੰਗ ਤੇ ਜੁੜਾਈ ਹੈ ਰੋਂਦਾ ਦੁਆ ਜ਼ੈਨ ਚੋ ਬੀਬੀ ਜ਼ੈਨਬ ਆਈਏ ਤੀਰ ਦੀ ਨੋਕ ਤੇ ਹੱਥ ਰੱਖੀ ਅਸ ਅਜ਼ਾਦਾਰੋ ਹੱਥ ਰੱਖਿਆ ਦੀਏ ਅਸਗਰ ਦੀ ਮਾਂ ਮੈਨੂੰ ਇਹ ਦੱਸਾਂ ਮੈਂ ਕਹਿੰਦੀ ਦੀ ਆ ਅਸਗਰ ਦੀ ਮਾਂ ਦੀ ਆਵਾਜ਼ ਆਈ ਬੇਸ਼ੱਕ ਤੂੰ ਅਲੀ ਬਾਦਸ਼ਾਹ ਦੀ ਧੀ ਬੀਬੀ ਆਦੀ ਅਗਰ ਔਰਤਾਂ ਤੇ ਜੰਗ ਵਾਜਿਬ ਹੋਵੇ ਆ ਤਾਂ ਅਲੀ ਤੋਂ ਕਾਇਨਾਤ 'ਚ ਕੋਈ ਵੱਡਾ ਬਹਾਦਰ ਨਹੀਂ ਅਗਰ ਔਰਤਾਂ ਤੇ ਜੰਗ ਵਾਜਿਬ ਹੋਵੇ ਆ ਤਾਂ ਮੇਰੇ ਅਕਬਰ ਨੂੰ ਵਰਛੀ ਨਾ ਲੱਗਿਆ ਇਹੋ ਤੀਰ ਰੱਖ ਛੋੜ ਮੇਰੇ ਹੁਸੈਨ ਦੀ ਮਿਹਨਤ ਛੁਪ ਹੋਏ ਸੀ ਅਜ਼ਾਦਾਰ ਇਹੋ ਤੀਰ ਰੱਖ ਛੋੜੇ ਇਹੋ ਜਿਹੜਾ ਤੀਰ ਹੈ ਮਾਸੂਮ ਨੂੰ ਇੱਕ ਕੰਨ ਤੋਂ ਬੇਕੰਨ ਤਾਈਂ ਜ਼ਬਾਹ ਕਰ ਗਿਆ ਹੈ ਇਹੋ ਤੀਰ ਲਗਾਏ ਹੁਸੈਨ ਦੇ ਬਾਜ਼ੂ ਵਿੱਚ ਅਸਗਰ ਦੇ ਲੱਭਣ ਨੇ ਵੇਖਿਆ ਤੇ ਬਾਬਾ ਮੇਰੇ ਤੇ ਨਾਰਾਜ਼ ਨਾ ਬਾਬਾ ਮੇਰੀ ਮਾਂ ਤੇ ਨਾਰਾਜ਼ ਨਾ ਹੋਵੇ ਮੈਂ ਬੇਦਾਰੀ ਆਈਓ ਤੀਰ ਲੱਗੇ ਤੇਰੇ ਬਾਜ਼ੂ ਵਿੱਚ ਬਾਬਾ ਗਰਦਨ ਛੋਟੀ ਆਈ ਤੀਰ ਵੱਡਾ ਹੈ ਹੈ ਸਿਰ ਦਾ ਪੁਰਸਾ ਜਿਹੜਾ ਹੁਸੈਨ ਦਾ ਮਾਤਮੀ ਬਣ ਗਿਆ ਹੈ ਝੋਲੀ ਫੈਲਾ ਮੈਂ ਵਹਿਣ ਪਿਆ ਪੜਦਾ
اس شہزادے نو حسین چاہ کے خیمے دے دروازے تے پہنچے فضا دی حق لائیے حسین اندر آ بھین انتظار چنی ازاداروں تیری بے ساختہ ہے نکل میرے ہو گئی نو بس وین دے قریب آ حسین خیمے دے دروازے تے پہنچے کیا ڈٹھے چار سالہ دی مصروفہ دی ہتھ ودائی کھڑی آ دی بابا اصغر مینو دے اصغر نو جا کے جھولے چ سمایا لوری بیٹھی دندی ہے تے آتی بیٹھی ہے اصغر جڑے ولے تو ویندا پیا میں تے چپ نہ نہ کریندا ہن پانی پی کے چپ کر کے سمجھیے ازادارو بی بی نے منہ تو کپڑا ہٹایا کیا ڈٹھے اس منہ چو کھیر گردن چو خون جلدی نال دوڑی اوتھے آئیے جتھے بی بی رباب مٹی تے بیٹھی آئی ہے حوصلے نال حکل مار کے دیا ماں مٹی چھوڑ جھولی اجڑ گئی آئی اصغر گوس گئی آئی میں بسم اللہ بس دو منٹ زیادہ نہیں لمبا پڑ گیا حسین بیٹھے نہ اصغر دی ماں کناب نال علیحدہ بیٹھی رہتی ہے مٹی تے بیٹھی ہے علیحدہ بیٹھی رہتی ہے عزاداروں حسین فرمایا اصغر دی ماں نے پتر دا منہ نہیں ویکھنا بس مکلنا پیا بی بی فرمایا میری کیا مجا لے اس سامنے ویکھ تیریاں بہنا پئی روتی شبیر فرمایا میری نماز دا ویلا قریب ہے جلدی نال پتر دا منہ ویکھ عزادارو او گھر نہیں جے گھر نو موت نہ دکھایا ہووے بی بی نے اصغر نو چاہے یا مو ویکھن دا ارادہ کیتا ہے حسین دے دل وچ خیال آئے لوریاں والے پتر ماواں نو بہت پیارے ہوندے ایسا نہ ہووے بی بی رباب مو ویکھن تو پہلے مر جاوے ازادار مو تو کپڑا ہٹے دی پئی ہے یا حسین دی حق لائی اصغر دی ماں اصغر نو چاہ میں پتر دی قبر بناونی ہے ازادارو اصغر دی ماں دی آواز ہے مولا اے تو سنیا ہی نہیں جو ماواں پتراں دی لاشاں چیندیاں ہائے ہائے مولا اے تو سنیا ہی کوئی نہیں جو پیو پتراں دیاں قبراں بنا دین سیدادے اج میں غریب ہاں دس کون ہے جڑا اصغر نو دفناوے کرسے مکان اگا حسین پچھا بی بی رباب چوتھی کنا تو لنگنے پے یا اصغر دی ماں دے وڑ بلند ہوئے حسین دی آواز اے اصغر دی ماں اونچا نہ رو باہر نبی آئے ہوئے سیدہ دے سوالک نبی آئے پتا کوئی نبی آ کے کربلا وچ ماں رو دیا رہیا واہ 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 یو حق ہے یو حق ہے میرے امتحان دا آخری پرچے آخری کنا نالا کے حسین مٹی تے بیٹھے نیا وچ تلوار کڈیے دل وچ ارادہ کیتا جو پتر دی قبر بناوا تلوار دی آواز اے مولا میں کوئی قبر واسطے بنیا سیدا دے اج میں غریبا دس کون جڑا اصغر کو دفناوے آخری کنا نالا کے حسین مٹی تے بیٹھے قبر بڑے داری ہے گرمی دا موسم ہی ماں دے دی رہی ہے جنا قبر بن گئی ہے حسین دی آواز ہے اصغر دی ماں اصغر مینوں دے بی بی آ دی کیا کرے سی سیدہ دے دفن بی بی آ دی بے شک دفن کرو جنا چوتھی کنا تو لگنے پیا وے تسا کے اونچا کرو مائل نبی آئے ہوئے سیدہ دے سوال کا نبی آئے بی بی آ دی کیا انہاں نبیاں جو او نبی دی ہے جدے غلط بابے چھڑی چلائی ہے سیدہ دے میرا دادا اسماعیل موجود ہے بی بی آدیا ہوا نو کمرے میں اسماعیل نال گل کر رہی ہے سیدہ دے بول بی بی عقل مار کے دی اللہ دا سبھی نبی نبی آدی سب چھوڑ میں اصغر دی ماں تے نال گل کر رہی ہے بی بی آدیے اصغر دی ماں حکل ماریے ابراہیم دا بچڑا تلی ٹیک کے اٹھائے حکل مار کیا دے اصغر دی ماں دس کیوں یاد کی دے بی بی آدیے کیا تینو ہو ملا یاد ہے جنہ تیرا بابا تینو مقام منا تے لے گی آئی نبی آدھے ہاں میں نو یادے بی بی آدھے تینو ہو ملا یادے جنہ تیرے بابے تیرے ہاتھ پہ رسی نال بندے دکھی دے پچی بنی ہے نبی آدھے ہاں میں نو یادے بی بی آدھے وقت نو اے یا موسی جنہ تیرے بابے تیرے گلتے چھوڑی چلائی ہے اللہ دی حکمت ہی تم بازبا ہو گیا ہے تم بچ گیا ہوئے نبی آدھے ہاں میں نو یادے بی بی آدھے وقت نو اے بھی آدھے جنہ تو اپنے گھر گیا ہوئے
तेरी मां हाजरा उस छुरी का जख्म डिटा इतना रुनी आई जो रोंदे रोंदे मर गई आई बीबिया दिया मेरा हौसला